नवजोत सिंह सिद्धू के खिलाफ आरटीआई एक्टिविस्ट अते एडवोकेट एच एस अरोड़ा वालों चीफ सैक्रटरी नूं भेजे गए डिमांड नोटिस के मुद्दे से कैप्टन संधू ने बयान दिता है। उन्होंने कहा कि यह डिमांड नोटिस अते अजिहां पटीशन पहले भी कोर्ट में पाईया जा चुकिया ने, पर सिद्धू अपने सियासी जीवन दे विच अते सिनेमा जगत नूं वख रख के काम कर रहे ने अते अजिहे दे विच कोई भी ये पटीशन मायने नहीं रखदियां ने, ये सिर्फ समा बर्बाद करने वाली गल है। ਪਹਿਲਾਂ ਵੀ ਪਾਈ ਹੈਗੀ ਪਟੀਸ਼ਨ, ਹੁਣ ਫਿਰ ਪੈ ਜੂਗੀ ਪਟੀਸ਼ਨ। ਕੀ ਮਤਲਬ ਇਹਦੇ ਵਿੱਚ ਕੀ ਉਹਨਾਂ ਨੇ ਸਟੇਟ ਦੇ ਉਲਟ ਜਾਂ ਕਿਸੇ ਚੀਜ਼ ਦੇ ਉਲਟ ਕਰਤਾ? ਜੇ ਉਹ ਆਪਦਾ ਸਿਆਸੀ ਜੀਵਨ ਇੱਕ ਪਾਸੇ ਰੱਖ ਕੇ ਸੱਚੇ ਹਿਸਾਬ ਨਾਲ ਚੱਲ ਕੇ ਦੂਜੇ ਪਾਸੇ ਆਪਦਾ ਰਹਿਣ ਲਈ ਜਾਂ ਸਹਿਣ ਲਈ ਜਾਂ ਬੱਚਿਆਂ ਲਈ ਜੇ ਕੋਈ ਉਹ ਪੈਸਾ ਕਮਾ ਰਹੇ ਹੈਗੇ ਆ ਇੱਕ ਸਹੀ ਸਿਸਟਮ 'ਚ ਰਹਿ ਕੇ, ਕੀ ਨੁਕਸਾਨ ਹੈ ਉਹਦਾ ਜੀ? ਨੋਟਿਸ ਪਾਈ ਚੱਲੋ, ਪਟੀਸ਼ਨਾਂ ਦੇ ਚੱਲੋ, ਐਵੇਂ ਤੁਸੀਂ ਟਾਈਮ ਵੇਸਟ ਕਰਨ ਵਾਲੀਆਂ ਗੱਲਾਂ ਹੈਗੀਆਂ। ਇਹਦੇ ਵਿੱਚ ਸਾਡੇ ਐਡਵੋਕੇਟ ਜਨਰਲ ਸਾਹਿਬ ਨੇ ਬੜਾ ਸਪਸ਼ਟ ਓਪੀਨੀਅਨ ਪੰਜਾਬ ਗਵਰਨਮੈਂਟ ਨੂੰ ਦਿੱਤਾ ਗਿਆ ਕਿ ਕੋਈ ਕਨਫਲਿਕਟ ਆਫ ਇੰਟਰਸਟ ਨਹੀਂ। ਸੋ ਸਾਡੇ ਲਈ ਤਾਂ ਮੁੱਦਾ ਉੱਥੇ ਹੀ ਅਤੇ ਉੱਦਣ ਹੀ ਖਤਮ ਹੋ ਗਿਆ।